जिला गुरदासपुर के कस्बा डेरा बाबा नानक सरहद करतारपुर कोरीडोर लांघे ते तैनात BSF दी 185 बटालियन दे जवानां वल्लों कंडियाली तार नेड़े बने पुल हेठा एक शक्की नौजवान नूं काबू किया गया। उत्थे ही उक्त नौजवान नूं डेरा बाबा नानक पुलिस हवाले किया गया। उत्थे ही पुलिस तफतीश च सामने आया है कि उक्त नौजवान उत्तराखंड दा रहण वाला है अते मार्च महीने तो लापता है। पुलिस अधिकारी मुताबिक नौजवान दिमागी तौर ते बीमार है। इस संबंधी जानकारी देंदे हुए डेरा बाबा नानक पुलिस थाने दे SHO गुरप्रीत कौर ने दस्सिया कि करतारपुर कोरीडोर उत्ते तैनात BSF ਦੇ ਜਵਾਨਾਂ ਵੱਲੋਂ ਸਰਹੱਦ ਤੇ ਬਣੇ ਕਰਤਾਰਪੁਰ ਕੋਰੀਡੋਰ ਦੇ ਪੁਲ ਹੇਠਾਂ ਲੁਕੇ ਇੱਕ ਵਿਅਕਤੀ ਨੂੰ ਦੇਖਿਆ ਜਿੱਥੇ ਉਕਤ ਨੌਜਵਾਨ ਨੂੰ ਕਾਬੂ ਕਰ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਮੈਡੀਕਲ ਜਾਂਚ ਇਹ ਸਾਹਮਣੇ ਆਇਆ ਹੈ ਕਿ ਉਹ ਕੁਝ ਦਿਮਾਗੀ ਤੌਰ ਤੇ ਬਿਮਾਰ ਹੈ, ਜਦਕਿ ਉਸਦੀ ਪਹਿਚਾਣ ਮੋਹਨ ਚੰਦ ਪੁੱਤਰ ਰਣਜੀਤ ਸਿੰਘ ਵਾਸੀ ਨਾਨਕ ਮਠ ਉਧਮ ਸਿੰਘ ਨਗਰ ਉੱਤਰਾਖੰਡ ਵਜੋਂ ਹੋਈ ਹੈ। ਉਹਨਾਂ ਨੇ ਦੱਸਿਆ ਕਿ ਇਸ ਦਾ ਪਤਾ ਲਗਾ ਕੇ ਉੱਤਰਾਖੰਡ ਤੋਂ ਇਹਦੇ ਪਰਿਵਾਰਕ ਮੈਂਬਰ ਬੁਲਾਏ ਗਏ ਹਨ। ਉੱਥੇ ਹੀ ਡੇਰਾ ਬਾਬਾ ਨਾਨਕ ਥਾਣਾ 'ਚ ਪਹੁੰਚੇ ਨੌਜਵਾਨ ਦੇ ਭਰਾ ਹਰੀਸ਼ ਚੰਦ ਨੇ ਦੱਸਿਆ ਕਿ ਉਸਦਾ ਭਰਾ ਗੁੜਗਾਉਂ ਵਿਖੇ ਇੱਕ ਹਸਪਤਾਲ ਦੀ ਕੈਂਟੀਨ 'ਚ ਕੰਮ ਕਰਦਾ ਸੀ ਅਤੇ ਕਰੀਬ ਮਾਰਚ ਮਹੀਨੇ ਤੋਂ ਲਾਪਤਾ ਹੈ। ਉੱਤਰਾਖੰਡ ਥਾਣੇ ਵਿੱਚ ਇਤਲਾਹ ਦਰਜ ਕਰਵਾਈ ਗਈ ਸੀ ਅਤੇ ਉਸਦੀ ਉਹ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਭਾਲ ਕਰ ਰਹੇ ਸਨ। ਉੱਥੇ ਹੀ ਪੂਰੀ ਸ਼ਨਾਖਤ ਕਰਨ ਉਪਰੰਤ ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਉਕਤ ਨੌਜਵਾਨ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ। ਮੇਰਾ ਨਾਮ ਹਰੀਸ਼ ਚੰਦ ਹੈ, ਮੈਂ ਸੁਨਫਰੀ ਕਲਾ ਤੋਂ ਹਾਂ। ਮੇਰਾ ਬਰਦਰ ਗੁੰਮ ਹੋਇਆ ਸੀਗਾ, ਜਿਹੜਾ ਇੱਥੇ ਆ ਕੇ ਮਤਲਬ BSF ਵਾਲਿਆਂ ਨੇ ਫੜ ਲਿਆ ਸੀਗਾ ਅਤੇ ਉਹਨਾਂ ਨੇ ਇੱਥੇ ਕਿੱਥੇ ਬਾਰਡਰ ਦੇ ਲਾਗੇ ਸਾਗੇ ਸੀਗਾ ਅਤੇ ਉਹਨਾਂ ਨੇ ਫੜ ਕੇ ਇੱਥੇ ਥਾਣੇ 'ਚ ਦੇ ਦਿੱਤਾ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਰਹਿਣ ਵਾਲਾ ਉੱਤਰਾਖੰਡ ਦਾ, ਨਾਨਕ ਮੱਤਾ ਦਾ। ਇਹ ਗੁੜਗਾਵਾਂ ਕੰਮ ਕਰਦੇ ਸੀ ਹੋਸਪਿਟਲ 'ਚ, ਕੈਂਟੀਨ 'ਚ। ਉੱਧਰੋਂ ਪਤਾ ਹੀ ਨਹੀਂ ਲੱਗਿਆ ਸਾਨੂੰ, ਇਹ ਪਤਾ ਨਹੀਂ ਉੱਥੋਂ ਗੁੰਮ ਹੋ ਗਏ। ਉਹਦੇ ਬਾਅਦ ਛਾਣ ਪੀਣ ਕੀਤੀ ਅਸੀਂ, ਇਹਨੂੰ ਲੱਭੇ ਹੀ ਨਹੀਂ, ਸਾਨੂੰ ਲੱਭੇ ਨਹੀਂ ਇੱਥੇ ਜੀ। ਪਹਿਲਾਂ ਕੋਈ ਨਹੀਂ ਸੀਗੀ, ਪਹਿਲਾਂ ਠੀਕ ਠਾਕ ਸੀਗੇ। ਹੁਣ ਇਹ ਕਰੀਬ 7-8 ਮਹੀਨੇ ਹੋ ਗਏ ਜੀ। ਇਹਦੇ ਸੰਬੰਧ 'ਚ ਕੋਈ ਉੱਥੋਂ ਦੀ ਪੁਲਿਸ ਨੂੰ ਕੋਈ ਸੂਚਿਤ ਕੀਤਾ? ਹਾਂਜੀ ਕੀਤਾ ਸੀਗਾ। ਹਾਂਜੀ ABSF ਨੇ ਸਾਨੂੰ ਹੈਂਡਓਵਰ ਕੀਤਾ ਸੀਗਾ ਤੇ 185 ਬਟਾਲੀਅਨ ਨੇ, ਤੇ ਵਿਦ ਉਹਨਾਂ ਦੀ ਡਾਕਟਰ ਦੀ ਰਿਪੋਰਟ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਥੋੜਾ ਮੈਂਟਲੀ ਅਪਸੈਟ ਆ। ਉਸ ਤੋਂ ਬਾਅਦ ਅਸੀਂ ਆਪਦੇ ਡਾਕਟਰ ਤੋਂ ਵੀ ਰਿਪੋਰਟ ਲਈ, ਉਹਨਾਂ ਨੇ ਵੀ ਕਿਹਾ ਕਿ ਥੋੜਾ ਮੈਂਟਲੀ ਅਪਸੈਟ ਆ, ਕਾਫੀ ਗੰਦੇ ਕੱਪੜੇ ਪਾਏ ਹੋਏ ਸੀ। ਫਿਰ ਇਹਨੂੰ ਪੁੱਛਣ ਤੋਂ ਬਾਅਦ ਜੋ ਇਹਨੇ ਆਪਣੇ ਪੇਰੈਂਟਸ ਦਾ ਨਾਮ ਵਗੈਰਾ ਦੱਸਿਆ, ਉਤੋਂ ਹੀ ਇਹਦੇ ਕੰਸਰਨ ਉੱਤਰਾਖੰਡ ਦਾ ਸੀਗਾ, ਇਹਦੇ ਕੰਸਰਨ ਪੁਲਿਸ ਸਟੇਸ਼ਨ ਨਾਲ ਗੱਲ ਕਰਕੇ ਇਹਦੇ ਪੇਰੈਂਟਸ ਦਾ ਪਤਾ ਚੱਲਿਆ। ਫਿਰ ਅੱਜ ਇਹਦੇ ਬ੍ਰਦਰ ਇਹਨੂੰ ਲੈਣ ਆਏ ਹੋਏ ਨੇ ਤੇ ਉਹਨਾਂ ਤੋਂ ਪ੍ਰੋਪਰ ਆਧਾਰ ਕਾਰਡ ਲੈ ਕੇ ਵੈਰੀਫਿਕੇਸ਼ਨ ਕਰਕੇ ਹੁਣ ਅਸੀਂ ਉਹਨਾਂ ਦੇ ਹੈਂਡਓਵਰ ਕਰ ਰਹੇ ਹਾਂ। ਇਹਦੇ ਕੋਲ ਕੁਛ ਸੱਕੀ ਚੀਜ਼ ਨਹੀਂ ਮਿਲੀ, ਇਹਦੇ ਕੋਲ 60 ਰੁਪਏ ਸੀ ਜਾਂ ਥੋੜਾ ਬ੍ਰੈਡ ਸੀਗਾ, ਬਿਸਕਿਟ ਦਾ ਪੈਕਟ ਸੀਗਾ, ਉਹ ਵੀ ਕਿਸੇ ਨੇ ਖਾਣ ਲਈ ਦਿੱਤੇ ਹੋਣਗੇ, ਹੋਰ ਕੁਛ ਨਹੀਂ। ਇਹਦੇ ਬ੍ਰਦਰ ਦੇ ਅਕੋਰਡਿੰਗ ਇਹਦੀ ਮਿਸਿੰਗ ਰਿਪੋਰਟ ਵੀ ਇਹਨਾਂ ਨੇ ਉੱਥੇ ਦਰਜ ਕਰਵਾਈ ਹੋਈ ਆ। 3 ਮਹੀਨੇ ਦਾ ਇਹ ਉੱਥੋਂ ਮਿਸਿੰਗ ਸੀਗਾ ਤੇ ਅੱਜ ਇਹ ਮਿਲ ਗਿਆ ਤੇ ਅਸੀਂ ਉਹਨਾਂ ਦੇ ਹੈਂਡਓਵਰ ਕਰ ਦਿੰਦੇ। ਇਹ ਇਸ ਬਾਰੇ ਤਾਂ ਇਹ ਹਲੇ ਕੁਛ ਨਹੀਂ ਦੱਸ ਰਿਹਾ ਤੇ ਥੋੜਾ ਜਦੋਂ ਠੀਕ ਹੋ ਜੂਗਾ ਇਹ ਜ਼ਰੂਰ ਦੱਸੂਗਾ। ਇਹ ਐਕਚੁਅਲੀ ਗੁੜਗਾਉਂ ਜੋਬ ਕਰਦਾ ਸੀ ਕਿਸੇ ਹਸਪੀਟਲ 'ਚ, ਉਸ ਤੋਂ ਬਾਅਦ ਹੀ ਇੱਥੇ ਕਿਵੇਂ ਪਹੁੰਚਿਆ ਇਸ ਬਾਰੇ ਨਹੀਂ ਇਹ ਦੱਸ ਰਿਹਾ ਕੁਛ ਵੀ, ਤੇ ਥੋੜਾ ਮੈਂਟਲੀ ਅਪਸੈਟ ਹੋਣ ਕਰਕੇ ਸ਼ਾਇਦ ਟ੍ਰੇਨ ਵਗੈਰਾ ਤੇ ਚੜ ਕੇ ਇੱਥੇ ਆ ਗਿਆ ਹੋਵੇਗਾ।